ਜ਼ਿੰਦਗੀ 'ਚ ਨਾ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਵੀ ਜਿਹੜੀ ਚੀਜ਼ ਆਪਣੀਆਂ ਅੱਖਾਂ ਦੇਖਦੀਆਂ ਨੇ ਨਾ ਉਹ ਹਮੇਸ਼ਾ ਸੱਚ ਨਹੀਂ ਹੁੰਦੀ। ਕਈ ਵਾਰ ਨਾ ਆਪਾਂ ਉੱਤੋਂ ਤੋਂ ਲੱਗ ਜਾਂਦਾ ਵੀ ਇਹ ਬਿਜ਼ਨਸ ਬਹੁਤ ਘੈਂਟ ਆ ਵੀ ਇਹ ਡੇਰੀ ਫਾਰਮ ਬਹੁਤ بڑا ਇਹਨਾਂ ਕੋਲ ਬਹੁਤ ਪਸ਼ੂ ਨੇ ਸਭ ਕੁਝ ਹੈਗਾ। ਪਰ ਅੰਦਰੋਂ ਉਹ ਮਤਲਬ ਵੀ ਦਿਨੋਂ-ਦਿਨ ਖੋਖਲੇ ਹੁੰਦੇ ਜਾ ਰਹੇ ਹੁੰਦੇ ਨੇ। ਤਾਂ ਮਤਲਬ ਵੀ ਕਾਫੀ ਵੀਡੀਓਜ਼ 'ਚ ਮੇਰੇ ਕਮੈਂਟ ਆਉਂਦੇ ਨੇ ਵੀ ਅਸੀਂ ਬੜੇ ਤੋਂ ਬੜੇ ਡੇਰੀ ਫਾਰਮ ਫੇਲ ਹੁੰਦੇ ਦੇਖੇ ਨੇ ਵੀ ਇਹ ਡੇਰੀ ਫਾਰਮ ਪ੍ਰੋਫਿਟੇਬਲ ਬਿਜ਼ਨਸ ਨਹੀਂ ਹੈਗਾ ਇਹ ਪ੍ਰੋਫਿਟੇਬਲ ਨਹੀਂ ਹੈਗਾ। ਇਹ 'ਚ ਕੁਝ ਨਹੀਂ ਬਚਦਾ। ਤੇ ਵੀ ਐਡੇ ਐਡੇ ਫਾਰਮ ਫੇਲ ਹੋਗੇ ਵੀ ਤੁਸੀਂ ਕਿੱਡੀ ਕੀ ਚੀਜ਼ ਹੋ ਵੀ ਤੂੰ ਵੀ ਫੇਲ ਹੋਏਗਾ ਇਹ ਹੋਏਗਾ ਉਹ ਹੋਏਗਾ ਯਾਰ ਕਿੰਨਾ ਵਧੀਆ ਸੋਚਿਆ ਨਾ ਲੋਕਾਂ ਨੇ ਐਵੇਂ ਦੂਜੇ ਬੰਦੇ ਦੇ ਮਤਲਬ ਵੀ ਕਮੈਂਟ ਸੈਕਸ਼ਨ ਚ ਜਾ ਕੇ ਉਹਨੂੰ ਕਹਿਣਾ ਵੀ ਤੂੰ ਫੇਲ ਹੋਏਗਾ ਇਹ ਹੋਊਗਾ ਉਹ ਹੋਊਗਾ ਚੱਲ ਕੋਈ ਨਾ ਆਪਣੀ ਆਪਣੀ ਸੋਚ ਹੈ ਦੇਖੋ ਆਪਣੀ ਤਾਂ ਬਈ ਇਹੀ ਸੋਚ ਹੈ ਵੀ ਸਾਰੇ ਕਾਮਯਾਬ ਹੋ ਠੀਕ ਆ ਆਪਣੀ ਜ਼ਿੰਦਗੀ ਚ ਖੁਸ਼ ਰਹੋ ਸਾਰੇ ਸਾਰੇ ਤਰੱਕੀਆਂ ਕਰੋ ਬਟ ਜਿਹੜੇ ਮਤਲਬ ਵੀ ਬਡੇ ਡੇਰੀ ਫਾਰਮ ਹੁੰਦੇ ਨੇ ਕਈ ਫੇਲ ਵੀ ਹੋ ਜਾਂਦੇ ਨੇ ਠੀਕ ਆ ਨਾ ਬਟ ਉਹਨਾਂ ਦੇ ਫੇਲ ਹੋਣ ਦੇ ਪਿੱਛੇ ਨਾ ਕਾਫੀ ਰੀਜਨਸ ਹੁੰਦੇ ਨੇ ਹੁਣ ਦਾ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਵੀ ਜੇ ਤੁਸੀਂ ਜ਼ਿੰਦਗੀ 'ਚ ਅੱਗੇ ਨਹੀਂ ਜਾ ਰਹੇ ਨਾ ਬਿਜ਼ਨਸ 'ਚ ਠੀਕ ਹੈ ਨਾ ਤੁਸੀਂ ਆਟੋਮੈਟਿਕਲੀ ਪਿੱਛੇ ਆਉਂਗੇ ਤੁਹਾਨੂੰ ਹਮੇਸ਼ਾ ਪਿੱਛੇ ਧੱਕਾ ਵੱਜੂਗਾ ਜੇ ਤੁਸੀਂ ਅੱਗੇ ਨਹੀਂ ਜਾ ਰਹੇ ਬਿਜ਼ਨਸ ਇੱਕ ਐਸੀ ਚੀਜ਼ ਆ ਜੀ ਕਿ ਤੁਸੀਂ ਕਨਸਟੈਂਟ ਨਹੀਂ ਰਹਿ ਸਕਦੇ ਇੱਕ ਜਗ੍ਹਾ ਤੇ ਖੜੇ ਨਹੀਂ ਰਹਿ ਸਕਦੇ ਜਾਂ ਤਾਂ ਤੁਸੀਂ ਤਰੱਕੀ ਕਰੋਗੇ ਜਾਂ ਤੁਸੀਂ ਵਾਪਸ ਆਉਂਗੇ ਫੇਲਿਅਰ ਵਾਲਾ ਆਉਂਗੇ ਠੀਕ ਹੈ ਉੱਥੇ ਨਹੀਂ ਤੁਸੀਂ ਖੜ੍ਹ ਸਕਦੇ ਹੁਣ ਤੁਸੀਂ ਇਹ ਨਹੀਂ ਸੋਚ ਸਕਦੇ ਵੀ ਤੁਸੀਂ 1 ਕਰੋੜ ਰੁਪਏ ਕਮਾ ਰਹੇ ਹੋ ਤੇ ਤੁਸੀਂ ਇਹਦੇ ਤੇ ਮਤਲਬ ਵੀ ਪੈਸਾ ਵਾਪਸ ਨਹੀਂ ਲਗਾ ਰਹੇ ਇਹਨੂੰ ਡਿਵੈਲਪ ਨਹੀਂ ਕਰ ਰਹੇ ਚ ਇੰਪਰੂਵਮੈਂਟ ਨਹੀਂ ਲੈ ਕੇ ਆ ਰਹੇ ਵੀ ਤੁਸੀਂ 4-5 ਸਾਲਾਂ ਬਾਅਦ ਵੀ ਕਰੋੜ ਰੁਪਏ ਕਮਾਓਗੇ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਤੁਹਾਨੂੰ ਕਨਸਟੈਂਟਲੀ ਆਪਣੇ ਬਿਜ਼ਨਸ ਨੂੰ ਇੰਪਰੂਵ ਕਰਨਾ ਪਊਗਾ ਟਾਈਮ ਦੇ ਨਾਲ ਬਦਲਣਾ ਪਊਗਾ ਟਾਈਮ ਦੇ ਨਾਲ ਅੱਗੇ ਚੱਲਣਾ ਪਊਗਾ ਜੇ ਤੁਸੀਂ ਮਤਲਬ ਵੀ ਉਹੀ ਸੇਮ ਅਮਾਉਂਟ ਪੈਸਾ ਕਮਾਉਣਾ ਚਾਹੁੰਦੇ ਹਾਂ ਜਾਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹਾਂ ਯਾਰ ਦੁਨੀਆ 'ਚ ਬਹੁਤ بڑے بڑے ਬਿਜ਼ਨੈਸਸ ਨੇ ਜਿਹੜੇ ਟਾਈਮ ਨਾਲ ਅੱਗੇ ਨਹੀਂ ਵਧੇ ਤੇ ਉਹ ਫੇਲ ਹੋ ਗਏ ਠੀਕ ਆ ਨੋਕੀ ਦਾ ਐਗਜ਼ਾਮਪਲ ਲਗਾ ਲਓ ਇੱਕ ਟਾਈਮ ਤੇ ਮਾਰਕੀਟ ਲੀਟਰ ਸੀਗਾ ਠੀਕ ਆ ਨਾ ਰਾਜ ਕਰਦਾ ਸੀਗਾ ਸਾਰੇ ਫੋਨ ਨੋਕੀਏ ਦੇ ਹੁੰਦੇ ਸੀਗੇ ਅੱਜ ਨੋਕੀਏ ਕਿੱਥੇ ਆ ਕਿਤੇ ਨਹੀਂ ਟਾਈਮ ਨਾਲ ਬਦਲਿਆ ਨਹੀਂ ਹੈਗਾ ਠੀਕ ਆ ਮਤਲਬ ਵੀ ਜੇ ਆਪਾਂ ਟਾਈਮ ਨਾਲ ਨਹੀਂ ਬਦਲਦੇ ਨਾ ਆਪਣਾ ਫੇਲ ਹੋਣਾ ਨਿਸ਼ਚਿਤ ਆ ਤੇ ਡੇਰੀ ਫਾਰਮਸ ਦਾ ਵੀ ਇਹੀ ਸਿਸਟਮ ਆ ਹੁਣ ਕਿਸੇ ਨੇ 1970 ਦਾ ਕੰਮ ਸਟਾਰਟ ਕੀਤਾ ਹੋਇਆ ਕਿੰਨੇ ਕਿਸੇ ਨੇ 1960 ਦਾ ਕੰਮ ਸਟਾਰਟ ਕੀਤਾ ਹੋਇਆ ਬਹੁਤ ਵੱਡੇ ਡੇਰੀ ਫਾਰਮ ਬਣਾ ਲਏ ਠੀਕ ਆ ਬਟ 1970 ਦੇ ਸ਼ੈੱਡ ਬਣੇ ਹੋਏ ਨੇ 1980 ਦੇ ਸ਼ੈੱਡ ਬਣੇ ਹੋਏ ਨੇ 40 40 50 50 60 ਸਾਲ ਹੋ ਗਏ ਉਹਨਾਂ ਨੂੰ ਸ਼ੈੱਡਾਂ ਨੂੰ ਤੁਹਾਨੂੰ ਕੀ ਲੱਗਦਾ ਵੀ ਉਹ 60 ਸਾਲ ਪਹਿਲਾਂ ਜਿਹੜੀ ਟੈਕਨੋਲੋਜੀ ਸੀਗੀ ਜਿਹੜੇ ਉਸ ਟਾਈਮ ਤੇ ਸ਼ੈੱਡ ਬਣੇ ਸੀਗੇ ਉਹ ਅੱਜ ਦੇ ਟਾਈਮ ਨਾਲ ਤੁਹਾਨੂੰ ਕਮਾ ਕੇ ਦੇ ਦੇਣਗੇ ਨਹੀਂ ਕਮਾ ਕੇ ਦੇਣਗੇ بڑے ਡੇਰੀ ਫਾਰਮਸ ਦਾ ਫੇਲ ਹੋਣ ਦਾ ਇੱਕ ਮੇਜਰ ਰੀਜ਼ਨ ਇਹੀ ਆ ਵੀ ਟਾਈਮ ਦੇ ਨਾਲ ਆਪਾਂ ਤਰੱਕੀ ਨਹੀਂ ਕਰਦੇ ਆਪਾਂ ਕੀ ਸੋਚਦੇ ਆ ਵੀ ਅੱਜ ਮੇਰੇ ਕੋਲ ਕਰੋੜ ਰੁਪਏ ਆ ਰਿਹਾ ਇਹ ਹਮੇਸ਼ਾ ਆਊਗਾ ਸਦਾ ਆਊਗਾ ਵੀ ਐਸ਼ ਕਰਦੇ ਆ ਕਰੋੜ ਆਂਦਾ ਸਾਲ 2 ਸਾਲ 5 ਸਾਲ 6 ਸਾਲ ਬੜਾ ਜੇ ਜੇ ਆਪਾਂ ਐਸ਼ ਹੀ ਕਰੀ ਗਏ ਉਹ ਡੇਰੀ ਫਾਰਮ ਤੇ ਵਾਪਸ ਪੈਸਾ ਨਹੀਂ ਲਗਾ ਰਹੇ ਉਹਨੂੰ ਇੰਪਰੂਵ ਨਹੀਂ ਕਰ ਰਹੇ ਨਵੀਂ ਮਸ਼ੀਨਰੀ ਨਹੀਂ ਲੈ ਕੇ ਆ ਰਹੇ ਨਵੇਂ ਸ਼ੈੱਡ ਨਹੀਂ ਬਣਾ ਰਹੇ ਨਵੀਂ ਮਤਲਬ ਹੀ ਟੈਕਨੋਲੋਜੀ ਦਾ ਯੂਜ਼ ਨਹੀਂ ਕਰ ਰਹੇ ਤੇ ਉਹੀ ਪੁਰਾਣੀ ਚੀਜ਼ਾਂ ਤੇ 1970 ਚ ਜਿਵੇਂ ਕੰਮ ਹੁੰਦਾ ਸੀਗਾ ਉਵੇਂ ਹੁਣ ਕੰਮ ਹੋ ਰਿਹਾ ਤਾਂ ਉਹਦਾ ਫੇਲ ਹੋਣਾ ਤਾਂ ਇਹ ਆ ਯਾਰ ਹਣਾ ਮਤਲਬ ਵੀ ਉਹੀ ਆ ਨਾ ਜੇ ਤੁਸੀਂ ਕਨਸਟੈਂਟਲੀ ਆਪਣੇ ਕੰਮ ਨੂੰ ਇੰਪਰੂਵ ਕਰ ਰਹੇ ਹੋ ਤੁਸੀਂ ਕਦੇ ਨਹੀਂ ਫੇਲ ਹੋ ਸਕਦੇ ਜੇ ਤੁਸੀਂ ਬਦਲਦੇ ਟਾਈਮ ਨਾਲ ਬਦਲ ਰਹੇ ਹੋ ਨਵੀਂ ਟੈਕਨੋਲੋਜੀ ਦਾ ਯੂਜ਼ ਕਰ ਰਹੇ ਹੋ ਆਪਣਾ ਕਾਸਟ ਘਟਾ ਰਹੇ ਹੋ ਆਪਣਾ ਪ੍ਰੋਫਿਟ ਵਧਾ ਰਹੇ ਹੋ ਨਵੀਂ ਮਾਰਕੀਟਸ 'ਚ ਐਂਟਰ ਕਰ ਰਹੇ ਹੋ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਹੋ ਆਪਣਾ ਦੁੱਧ ਸਿੱਧਾ ਆਪ ਕਸਟਮਰਸ ਨੂੰ ਵੇਚ ਰਹੇ ਹੋ ਤਾਂ ਤੁਸੀਂ ਫੇਲ ਨਹੀਂ ਹੋ ਸਕਦੇ ਸਿੰਪਲ ਜੀ ਚੀਜ਼ ਆ ਹਰ ਬਿਜ਼ਨਸ 'ਚ ਟੌਪ 'ਤੇ ਬੰਦੇ ਬੈਠੇ ਨੇ ਹਰ ਬਿਜ਼ਨਸ 'ਚ ਬਾਟਮ 'ਤੇ ਬੰਦੇ ਬੈਠੇ ਨੇ ਹਰ ਬਿਜ਼ਨਸ ਲੱਖਾਂ ਕਰੋੜਾਂ ਤੁਹਾਨੂੰ ਬਣਾ ਕੇ ਦੇਖ ਸਕਦਾ ਹਰ ਬਿਜ਼ਨਸ 'ਚ ਕਈ ਵਾਰ ਗੁਜ਼ਾਰਾ ਵੀ ਨਹੀਂ ਚੱਲਦਾ ਹੁੰਦਾ ਤਾਂ ਬਿਜ਼ਨਸ 'ਚ ਕਿਸੇ 'ਚ ਕਸੂਰ ਨਹੀਂ ਹੁੰਦਾ ਹੈਗਾ ਬੜੇ ਤੋਂ ਬੜੀ ਕੰਪਨੀਆਂ ਫੇਲ ਹੋ ਜਾਂਦੀਆਂ ਨੇ ਛੋਟੀ ਤੋਂ ਛੋਟੀ ਕੰਪਨੀਆਂ ਬਹੁਤ ਬੜੀਆਂ ਬਣ ਜਾਂਦੀਆਂ ਨੇ ਡਿਪੈਂਡ ਕਰਦਾ ਵੀ ਉਹਨੂੰ ਚਲਾ ਕਾਉਂਟ ਰਿਹਾ ਠੀਕ ਆ ਉਹਨੂੰ ਮੈਨੇਜ ਕਾਉਂਟ ਕਰ ਰਿਹਾ ਉਹ ਬਿਜ਼ਨਸ ਕਿਹੜੇ ਦਿਮਾਗ ਤੋਂ ਚੱਲ ਰਿਹਾ ਠੀਕ ਆ ਜੇ ਬੰਦੇ ਦਾ ਦਿਮਾਗ ਹੈਗਾ ਵਧੀਆ ਹੈਗਾ ਉਹ ਇੰਪਰੂਵ ਕਰ ਰਿਹਾ ਹਮੇਸ਼ਾ ਆਪਣੀ ਨਸਲ ਸੁਧਾਰ ਕਰ ਰਿਹਾ ਸਿੱਧਾ ਅੱਗੇ ਕਸਟਮਰਸ ਕੋਲ ਪਹੁੰਚ ਰਿਹਾ ਅੱਗੇ ਕਸਟਮਰਸ ਨੂੰ ਸਿਰਫ ਦੁੱਧ ਨਹੀਂ ਵੇਚਦਾ ਨਾਲ ਹੋਰ ਪ੍ਰੋਡਕਟ ਵੀ ਬਣਾ ਰਿਹਾ ਤੇ ਜਦੋਂ ਉਹਦੇ ਕੋਲ ਬਹੁਤ ਕਸਟਮਰ ਹੋ ਗਏ ਤਾਂ ਸਿਰਫ ਦੁੱਧ ਨਾਲ ਬਣੀਆਂ ਚੀਜ਼ਾਂ ਨਹੀਂ ਵੇਚ ਰਿਹਾ ਰੈਸਟੋਰੈਂਟ ਵਾਲੇ ਕੰਮ 'ਚ ਵੀ ਆ ਗਿਆ ਹੋਰ ਚੀਜ਼ਾਂ 'ਚ ਵੀ ਆ ਗਿਆ ਪਿੱਛੇ ਡਾਕਟਰਸ ਦੀ ਟੀਮ ਬਹੁਤ ਤਕੜੀ ਆ ਪਿੱਛੇ ਮਸ਼ੀਨਰੀ ਉਹਦੇ ਕੋਲ ਬਹੁਤ ਤਕੜੀ ਆ ਪਿੱਛੇ ਮਤਲਬ ਵੀ ਪ੍ਰੋਪਰ ਉਹਦੇ ਕੋਲ ਮਤਲਬ ਇਹ ਸਾਰੇ ਜਿਹੜੇ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਹੁੰਦੀ ਆ ਉਹਨਾਂ ਦੇ ਪ੍ਰੋਪਰ ਇਲਾਜ ਹੁੰਦਾ ਪ੍ਰੋਪਰ ਇੱਕ ਹਸਪੀਟਲ ਬਣਿਆ ਹੋਇਆ ਕਿੰਨੀਆਂ ਚੀਜ਼ਾਂ ਆਪਾਂ ਕਰ ਸਕਦੇ ਯਾਰ ਆਪਣੇ ਡੇਰੀ ਫਾਰਮ ਨੂੰ ਵਧੀਆ ਬਣਾਉਣ ਵਾਸਤੇ ਯਾਰ ਮੈਂ ਕਈ ਦੇਖੇ ਨੇ ਯਾਰ ਹਜ਼ਾਰ-ਹਜ਼ਾਰ ਮਹਿਸਾਂ ਦੇ ਸ਼ੈੱਡ ਨੇ ਤੇ ਐਨੇ ਗੰਦੇ ਸ਼ੈੱਡ ਹੁੰਦੇ ਨੇ ਨਾ ਮਤਲਬ ਇਹ ਬਸ ਡੰਗਰ ਭਰੇ ਹੋਏ ਨੇ ਠੀਕ ਆ ਨਾ ਵੀ ਤੁਸੀਂ ਲਾ ਲਓ ਉਹਨਾਂ ਨੂੰ 3 ਫੁੱਟ ਦੀ ਜਗ੍ਹਾ ਦਿੰਦੇ ਨੇ 3-4 ਫੁੱਟ ਦੀ ਜਗ੍ਹਾ ਦਿੰਦੇ ਨੇ ਠੀਕ ਆ ਤੇ ਬਸ ਡੰਗਰ ਥੁੰਨੇ ਹੋਏ ਨੇ ਉਹੀ ਪੁਰਾਣੇ 40-40 ਸਾਲ ਪੁਰਾਣੇ ਸ਼ੈੱਡ ਬਣੇ ਹੋਏ ਨੇ ਹਜ਼ਾਰ ਮਹਿਸਾਂ ਨੇ ਉਹਨਾਂ ਨੇ ਇੱਕ ਟਾਈਮ ਤੇ ਆ ਕੇ ਫੇਲ ਹੋਣਾ ਹੀ ਹੋਣਾ ਯਾਰ ਸਾਰਾ ਕੰਮ ਵਰਕਰਸ ਕਰ ਰਹੇ ਨੇ ਹਾਂ ਤਾਂ ਟੀਐਮ ਮਰਨੀ ਵੱਡ ਸਕਦੀ ਧਾਰਾ ਕੱਢਣ ਵਾਸਤੇ ਮਸ਼ੀਨਰੀ ਨਹੀਂ ਹੈਗੀ ਹੌਲੀ-ਹੌਲੀ ਵਰਕਰਸ ਨਹੀਂ ਲੱਭਣੇ ਹੌਲੀ-ਹੌਲੀ ਧਾਰਾ ਵਾਲਾ ਕੰਮ ਲੋਕਾਂ ਨੇ ਨਹੀਂ ਕਰਨਾ ਕਿੱਥੋਂ ਲੈ ਕੇ ਆਓਗੇ ਵਰਕਰਸ ਫਿਰ ਉਹਨਾਂ ਦੇ ਫੇਲ ਹੀ ਹੋਣਾ ਕਈ ਵਾਰ ਇਹ ਹੁੰਦਾ ਵੀ ਇੱਕ ਜਨਰੇਸ਼ਨ ਬਹੁਤ ਔਖਾ ਕੰਮ ਚ ਲੰਦੀ ਆ ਅਗਲੇ ਜਨਰੇਸ਼ਨ ਨੂੰ ਬਹੁਤ ਲਾਡ ਪਿਆਰ ਨਾਲ ਪਾਲ ਲੰਦੀ ਆ ਅਗਲੀ ਜਨਰੇਸ਼ਨ ਬਿਜ਼ਨਸ 'ਚ ਇੰਟਰਸਟ ਨਹੀਂ ਦਿਖਾਂਦੀ ਤੇ ਜਦ ਬਿਜ਼ਨਸ 'ਚ ਕੋਈ ਇੰਟਰਸਟ ਨਹੀਂ ਦਿਖਾ ਰਿਆ ਫਿਰ ਉਹਨੇ ਫੇਲ ਹੀ ਹੋਣਾ ਤਾਂ ਡੇਰੀ ਫਾਰਮ ਫੇਲ ਹੋ ਸਕਦੇ ਨੇ ਹੁਣ ਤੁਸੀਂ ਇਹ ਨਾ ਦੇਖੋ ਯਾਰ ਵੀ ਫੇਲ ਕਿਹੜੇ ਹੋਏ ਨੇ ਕਈ ਲੋਕ ਨਾ ਸਿਰਫ ਫੇਲੀਅਰਸ ਵੱਲ ਧਿਆਨ ਦਿੰਦੇ ਨੇ ਵੀਲੇ ਉਹਦਾ ਐਡਾ بڑا ਫਾਰਮ ਸੀਗਾ 300 ਮੈਸਨ ਸੀਗੋਨੀਆਂ ਸਾਰੀਆਂ ਬਿਕ ਗਈਆਂ ਜਖੰਡਰ ਪਿਆ ਉਹਦਾ ਐਡਾ بڑا ਫਾਰਮ ਸੀ ਉਹਦਾ ਬਿਕ ਗਿਆ ਇਹਦਾ ਬਿਕ ਗਿਆ ਉਹਦਾ ਬਿਕ ਗਿਆ ਉਹ ਚੀਜ਼ਾਂ ਨਾ ਦੇਖੋ ਠੀਕ ਆ ਹਰ ਬਿਜ਼ਨਸ ਚ ਹਰ ਫੀਲਡ ਚ ਬਹੁਤ ਫੇਲੀਅਰ ਹੁੰਦੇ ਨੇ ਤੁਸੀਂ ਲਾ ਲਓ 100 ਚੋਂ ਇੱਕ ਬਿਜ਼ਨਸ ਚੱਲਦਾ ਹੁੰਦਾ ਬਟ ਤੁਸੀਂ ਆਪਣੇ ਆਪ ਨੂੰ ਇੰਨਾ ਕੈਪੇਬਲ ਮੰਨਦੇ ਹੋ ਵੀ ਮੈਂ ਉਹ 100 ਚੋਂ ਇੱਕ ਬੰਦਾ ਹੈਗਾ ਜਾਂ ਮੈਂ ਆਪਣੇ ਆਪ ਨੂੰ ਉਹ ਭੀੜ ਦਾ ਹਿੱਸਾ ਬਣਦਾ ਜਿਹੜੇ ਫੇਲ ਹੋਣਗੇ ਥੋੜੇ ਚ ਕਿੰਨੀ ਕਾਬਲੀਤਾ ਤੁਸੀਂ ਇਹੇ ਦੇਖੋ ਤੁਸੀਂ ਉਹੋ ਦੇਖੋ ਜਿਹੜੇ ਬੰਦੇ ਬਹੁਤ ਕਾਮਯਾਬ ਹੋਏ ਨੇ ਜਿਹੜੇ ਬੰਦਿਆਂ ਨੇ ਮਤਲਬ ਵੀ ਡੇਰੀ ਫਾਰਮਿੰਗ ਤੋਂ ਸਟਾਰਟ ਕਰਕੇ ਆਪਣੀ ਕੰਪਨੀ ਬਣਾ ਕੇ ਪ੍ਰੋਡਕਟ ਲਾਈਨ ਚ ਆ ਕੇ ਦੋ ਦੋ ਤਿੰਨ ਤਿੰਨ ਹਜ਼ਾਰ ਕਰੋੜ ਦਾ ਟਰਨਓਵਰ ਆ ਯਰ ਲੋਕਾਂ ਦਾ ਤੁਸੀਂ ਸਾਊਥ ਚ ਜਾ ਕੇ ਦੇਖੋਗੇ ਨਾ ਇੰਨੀਆਂ ਸੋਹਣੀਆਂ ਕੰਪਨੀਆਂ ਨੇ ਨਾ ਦੂਜੀ ਦਾ ਕੰਮ ਤੋਂ ਸਟਾਰਟ ਕੀਤਾ ਸੀਗਾ ਕਲੈਕਸ਼ਨ ਕਰਕੇ ਥੋੜਾ ਪਨੀਰ ਬਣਾ ਕੇ ਵੇਚਦੇ ਹੁੰਦੇ ਸੀਗੇ ਅੱਜ ਉਹਦੀ ਪਨੀਰ ਦੀ ਐਡੀ ਬੜੀ ਬੜੀ ਫੈਕਟਰੀ ਹੈ ਨਾ ਮਤਲਬ ਵੀ ਤੁਸੀਂ ਯਰ ਫੇਲਿਅਰਸ ਵੱਲ ਕਿਉਂ ਦੇਖ ਰਹੇ ਹੋ ਤੁਸੀਂ ਕਿਉਂ ਦੇਖ ਰਹੇ ਹੋ ਵੀ ਬੜੇ ਫਾਰਮ ਫੇਲ ਹੋ ਰਹੇ ਨੇ ਹੋਰ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਇਹ ਕਿਉਂ ਨਹੀਂ ਦੇਖ ਰਹੇ ਵੀ ਮਤਲਬ ਵੀ 100 ਚੋਂ ਇੱਕ ਬੰਦਾ ਹਜ਼ਾਰਾਂ ਕਰੋੜਾਂ ਤੱਕ ਪਹੁੰਚ ਗਿਆ ਉਹ ਵੀ ਤਾਂ ਪਹੁੰਚਿਆ ਕਿਸੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਉਹ ਬੰਦੇ ਤੋਂ ਘੱਟ ਕਿਉਂ ਸਮਝਦੇ ਹੋ ਤਾਂ ਉਹੀ ਆ ਵੀ ਜੇ ਤੁਸੀਂ ਆਪਣੇ ਫਾਰਮ ਨੂੰ ਸਕਸੈਸਫੁਲ ਕਰਨਾ ਦਾ ਹਮੇਸ਼ਾ ਸਿੱਖਦੇ ਰਹੋ ਹਮੇਸ਼ਾ ਵਧਦੇ ਰਹੋ ਹਮੇਸ਼ਾ ਅੱਗੇ ਚੱਲਦੇ ਰਹੋ ਹੁਣ ਸਪੋਜ਼ ਕਰੋ ਤੁਸੀਂ ਮਤਲਬ ਵੀ ਕਹਿੰਦੇ ਹੋ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਹੋਰ ਮਤਲਬ ਵੀ ਫਾਰਮ ਕਿੱਥੇ ਬਣਾਈਏ ਵਧੀਆ ਫਾਰਮ ਕਿੱਥੇ ਬਣਾਈਏ ਫਾਰਮ ਪੈਸੇ ਕਮਾ ਕੇ ਦੇ ਰਿਹਾ ਨਾ ਜੇ ਪੈਸੇ ਕਮਾ ਕੇ ਦੇ ਰਿਹਾ ਤਾਂ ਆਪਾਂ ਹੋਰ ਜਗ੍ਹਾ ਖਰੀਦ ਸਕਦੇ ਆ ਨਾ ਆਪਾਂ ਘਰ ਵੀ ਤਾਂ ਬਣਾ ਸਕਦੇ ਹਾਂ ਪੈਸੇ ਨਾਲ ਆਪਾਂ ਗੱਡੀ ਵੀ ਤਾਂ ਲੈ ਸਕਦੇ ਆ ਕਰੋੜ ਰੁਪਏ ਦੀ ਉਹ ਪੈਸੇ ਨਾਲ ਫਿਰ ਆਪਾਂ ਇੱਕ ਕਿਲਾ ਜ਼ਮੀਨ ਦਾ ਨਹੀਂ ਲੈ ਸਕਦੇ ਹੋਰ ਕਰਨ ਵਾਲਾ ਬੰਦਾ ਹਰ ਕੁਝ ਕਰ ਸਕਦਾ ਜਿਹਨੇ ਨਹੀਂ ਕਰਨਾ ਉਹਨੇ ਸਿਰਫ ਬਹਾਨੇ ਲਗਾਉਣੇ ਨੇ ਤਾਂ ਹਮੇਸ਼ਾ ਇੰਪਰੂਵ ਕਰਦੇ ਜਾਓ ਜੇ ਤੁਸੀਂ ਡੇਰੀ ਫਾਰਮਿੰਗ ਚ ਫੇਲ ਨਹੀਂ ਹੋਣਾ ਇਹ ਕਿਸੇ ਵੀ ਬਿਜ਼ਨਸ ਚ ਫੇਲ ਨਹੀਂ ਹੋਣਾ ਨਾ ਟਾਈਮ ਨਾਲ ਬਦਲੋ ਨਵੀਂ ਟੈਕਨੋਲੋਜੀ ਦਾ ਯੂਜ਼ ਕਰੋ ਵਧੀਆ ਆਪਣੇ ਸਿਸਟਮ ਨੂੰ ਇੰਪਰੂਵ ਕਰੋ ਮੈਨੇਜਮੈਂਟ ਆਪਣੀ ਤਕੜੀ ਕਰੋ ਵਧੀਆ ਮੈਨੇਜਰਸ ਲੈ ਕੇ ਆਓ ਮੇਰਾ ਇਹੀ ਹੈ ਯਾਰ ਜਦ ਮੈਂ ਹੌੜੀ-ਖੌੜੀ ਨੂੰ ਕੰਪਨੀ ਵਾਂਗ ਲੈ ਗਿਆ ਨਾ ਮੈਂ ਪ੍ਰੋਪਰ ਸੀਈਓ ਹਾਇਰ ਕਰਿਆ ਕਰੂੰਗਾ ਜਿਹੜੇ ਬੜੀ-ਬੜੀ ਕੰਪਨੀਆਂ ਦੇ ਸੀਈਓਜ਼ ਹੁੰਦੇ ਨੇ ਹਨਾ ਵੀ ਜਿਨ੍ਹਾਂ ਨੂੰ ਪਤਾ ਹੁੰਦਾ ਬਿਜ਼ਨਸ ਕਿਵੇਂ ਹੁੰਦਾ ਕਿਉਂਕਿ ਮ ਬੰਦੇ ਨੂੰ ਨਾ ਇੱਕ ਕਲ ਹਮੇਸ਼ਾ ਪਤਾ ਹੋਣੀ ਚਾਹੀਦੀ ਆ ਵੀ ਉਹ ਕਿੱਥੇ ਖੜਦਾ ਉਹਨੂੰ ਕਿੰਨੀ ਕਨੋਲਜ ਆ ਜਿਹੜਾ ਬੰਦਾ ਡਿਲੀਊਜ਼ਨਲ ਆ ਨਾ ਜਿਹਨੂੰ ਲੱਗਦਾ ਵੀ ਮੈਨੂੰ ਦੁਨੀਆ ਦੀ ਸਾਰੀ ਨੋਲਜ ਆ ਉਹ ਬੰਦਾ ਹਮੇਸ਼ਾ ਫੀਲ ਹੋਊਗਾ ਮੈਨੂੰ ਪਤਾ ਮੈਨੂੰ ਥੋੜੇ ਥੋੜੇ ਮਤਲਬ ਵੀ ਸਬਜੈਕਟਸ ਦੀ ਥੋੜੀ ਥੋੜੀ ਨੋਲਜ ਆ ਠੀਕ ਆ ਨਾ ਹੁਣ ਜਿਵੇਂ ਮੈਨੂੰ ਇੱਥੇ ਡਾਕਟਰ ਜਿਹੜਾ ਆਪਣਾ ਪਿਛਮ ਵਾਲਾ ਮੈਨੂੰ ਡਾਕਟਰੀ ਦੀ ਥੋੜੀ ਨੋਲਜ ਆ ਮੈਨੂੰ ਬਿਜ਼ਨਸ ਦੀ ਥੋੜੀ ਨੋਲਜ ਆ ਮੈਂ ਡੇਰੀ ਫਾਰਮਿੰਗ ਦੀ ਥੋੜੀ ਨੋਲਜ ਆ ਤਾਂ ਮੈਨੂੰ ਪਤਾ ਵੀ ਮੈਂ ਪਰਫੈਕਟ ਨਹੀਂ ਹੈਗਾ ਮੈਂ ਇਹ ਟਾਪਰ ਨਹੀਂ ਹੈਗਾ ਬਟ ਮੈਂ ਕੀ ਕਰ ਸਕਦਾ ਮੈਂ ਟਾਪਰਾਂ ਨੂੰ ਲਿਆ ਸਕਦਾ ਹਾਇਰ ਕਰ ਸਕਦਾ ਮੈਂ ਟਾਪ ਦੇ ਡਾਕਟਰਸ ਨੂੰ ਤਨਖਾਹ ਤੇ ਰੱਖ ਸਕਦਾ ਮੈਂ ਟਾਪ ਦੇ ਬਿਜ਼ਨਸmen ਜਿਹੜੇ ਸੀ ਯੂਜ਼ ਹੁੰਦੇ ਨੇ ਜਿਹੜੇ ਕੰਪਨੀਆਂ ਚ ਚਲਾਉਂਦੇ ਹੁੰਦੇ ਨੇ ਉਹਨਾਂ ਨੂੰ ਹਾਇਰ ਕਰ ਸਕਦਾ ਮੈਂ ਟਾਪ ਦੇ ਅਕਾਊਂਟੈਂਟਸ ਨੂੰ ਹਾਇਰ ਕਰ ਸਕਦਾ ਮੈਂ ਟਾਪ ਦੇ ਲਾਇਰਸ ਨੂੰ ਹਾਇਰ ਕਰ ਸਕਦਾ ਮੈਂ ਪੈਸਾ ਕਮਾ ਸਕਦਾ ਤੇ ਮੈਂ ਪੈਸੇ ਨਾਲ ਸਾਰੇ ਬੰਦੇ ਨੂੰ ਲੈ ਕੇ ਆ ਸਕਦਾ ਤਾਂ ਜੇ ਤੁਹਾਨੂੰ ਪਤਾ ਨਾ ਵੀ ਤੁਸੀਂ ਕਿੱਥੇ ਕਿ ਖੜਦੇ ਹੋਂ ਤੇ ਤੁਸੀਂ ਕਿੱਥੇ ਪਹੁੰਚਣਾ ਤੇ ਉੱਥੇ ਪਹੁੰਚਣ ਵਾਸਤੇ ਤੁਹਾਨੂੰ ਕਿਹੜੇ ਬੰਦਿਆਂ ਦੀ ਲੋੜ ਆ ਕਿਹੜੀ ਟੀਮ ਦੀ ਲੋੜ ਆ ਤੇ ਤੁਸੀਂ ਉਹਨਾਂ ਨੂੰ ਲੈ ਕੇ ਆ ਰਹੇ ਹੋ ਫਿਰ ਤੁਸੀਂ ਕਦੇ ਫੇਲ ਨਹੀਂ ਹੋ ਸਕਦੇ ਫਿਰ ਤੁਹਾਡਾ ਡੇਲੀ ਸ਼ਾਮ ਕਦੇ ਫੇਲ ਨਹੀਂ ਹੋ ਸਕਦਾ ਤਾਂ ਉਹੀ ਆ ਵੀ ਆਪਾਂ ਨਸਲ ਤੇ ਕੰਮ ਕਰੀਏ ਵਧੀਆ ਦੁੱਧ ਵਾਲੀਆਂ ਮੈਸਰ ਰੱਖੀਏ ਠੀਕ ਆ ਉਹਨਾਂ ਦੇ ਪ੍ਰੋਪਰ ਵੈਕਸੀਨੇਸ਼ਨ ਹੋਵੇ ਸਾਰੀ ਦੁੱਧ ਦਾ ਪ੍ਰੋਪਰ ਰੇਟ ਮਿਲਦਾ ਹੋਵੇ ਰੇਟ ਕਿਵੇਂ ਮਿਲੂਗਾ ਅੱਗੇ ਸਿੱਧਾ ਆਪਣਾ ਮਤਲਬ ਵੀ ਉਹ ਹੋਵੇ ਦੁਕਾਨ ਹੋਵੇ ਅੱਗੇ ਫਿਰ ਆਪਣੀ ਦੁਕਾਨਾਂ ਹੋ ਜਾਣ ਮਤਲਬ ਵੀ ਕੰਮ ਨੂੰ ਵਧਾਈ ਜਾਓ ਵਧਾਈ ਜਾਓ ਵਧਾਈ ਚ ਰੋਕਣਾ ਕਿਉਂ ਜੇ ਆਪਣੇ ਕੋਲ 100 ਮੈਸਾਂ ਹੈਗੀਆਂ ਨੇ ਤੇ 100 ਮੈਸਾਂ ਤੁਹਾਨੂੰ ਮਤਲਬ ਵੀ ਸਾਲ ਦਾ ਕਰੋੜ 2 ਕਰੋੜ ਰੁਪਏ ਕਮਾ ਕੇ ਦੇ ਰਹੀਆਂ ਨੇ ਤੇ ਤੁਸੀਂ 20-30 ਲੱਖ ਦਾ ਇੱਕ ਕਿੱਲਾ ਹੋਰ ਖਰੀਦ ਲੋਗੇ ਹੋਰ ਮੈਸਾਂ ਵਣ ਵਾਸਤੇ ਕੀ ਵਿਗੜ ਜੂਗਾ ਕੁਝ ਨਹੀਂ ਵਿਗੜਦਾ ਕੰਮ ਨੂੰ ਵਧਾਓ ਹਮੇਸ਼ਾ ਅੱਗੇ ਲੈ ਕੇ ਚਾਓ ਜਿਹੜਾ ਨਵਾਂ ਸ਼ੈੱਡ ਬਣਾਉਂਗੇ ਉਹਨੂੰ ਹੋਰ ਨਵੀਂ ਟੈਕਨੋਲੋਜੀ ਨਾਲ ਬਣਾਓ ਜਿਹੜਾ ਉਹ ਤੋਂ ਅਗਲਾ ਬਣਾਉਂਗੇ ਉਹਨੂੰ ਹੋਰ ਨਵੀਂ ਟੈਕਨੋਲੋਜੀ ਨਾਲ ਬਣਾਓ ਮਤਲਬ ਵੀ ਸੰਤੁਸ਼ਟੀ ਨਾ ਲੈ ਕੇ ਆਓ ਜ਼ਿੰਦਗੀ 'ਚ ਜਿੱਦਨ ਥੋੜੀ ਜਿਹੀ ਸੰਤੁਸ਼ਟੀ ਆ ਗਈ ਨਾ ਵੀ ਜਿਵੇਂ ਕੰਮ ਚੱਲ ਰਿਹਾ ਚੱਲਦੀ ਜਾਂਦੇ ਚੱਲੀ ਜਾਂਦੇ ਚੱਲੀ ਜਾਂਦੇ ਉਹ ਕੰਮ ਹੌਲੀ-ਹੌਲੀ ਮਰ ਰਹੇ ਹੁੰਦਾ ਬਟ ਤੁਹਾਨੂੰ ਪਤਾ ਨਹੀਂ ਲੱਗਦਾ ਜਿੱਦਨ ਤੁਹਾਡੇ ਅੰਦਰ ਵਾਲੀ ਭੁੱਖ ਮਰ ਗਈ ਨਾ ਵੀ ਯਾਰ ਮੈਂ ਅੱਗੇ ਵਧਣਾ ਅੱਗੇ ਵਧਣਾ ਉਹ ਦਿਨ ਤੋਂ ਤੁਸੀਂ ਪਿੱਛੇ ਆਣ ਲੱਗ ਜਾਓਗੇ ਇੱਕ ਜਗ੍ਹਾ ਤੇ ਤੁਸੀਂ ਨਹੀਂ ਰਹਿ ਸਕਦੇ ਤੁਸੀਂ ਦੇਖਿਆ ਹੁਣ ਐਰ ਦੁਕਾਨ ਕੋਈ ਸ਼ਹਿਰ ਚ ਨਾ ਟਾਪ ਦੀ ਦੁਕਾਨ ਹੋਣੀ ਅਜ ਤੋਂ 10-15 ਸਾਲ ਪਹਿਲਾਂ ਅੱਜ ਉੱਥੇ ਕੋਈ ਕਸਟਮਰ ਨਹੀਂ ਜਾਂਦਾ ਹੁਣ ਐਨ ਮਤਲਬ ਵੀ ਖਾਲੀ ਜਿਹੀ ਵਰਗੀ ਪਈ ਹੋਣੀ ਕਿਉਂ ਕਿ ਇੱਕ ਟਾਈਮ ਤੇ ਟਾਪ ਦੀ ਸੀਗੀ ਬਹੁਤ ਵਧੀਆ ਉਹਨਾਂ ਨੇ ਟੈਕਨੋਲੋਜੀ ਸੀਗੀ ਬਹੁਤ ਵਧੀਆ ਚੀਜ਼ਾਂ ਲੈ ਕੇ ਆਂਦੇ ਸੀਗੇ ਬਟ ਫਿਰ ਉਹ ਪੈਸੇ ਨਾਲ ਸੰਤੁਸ਼ਟ ਹੋ ਗਏ ਪੈਸੇ ਨਾਲ ਐਸ਼ ਕਰਨ ਲੱਗੇ ਤੇ ਦੁਕਾਨ ਦੀ ਇੰਪਰੂਵਮੈਂਟ ਕਰਨੀ ਛੱਡਤੀ ਅੱਗੇ ਵਧਣਾ ਛੱਡਤਾ ਤੇ ਕੰਪੀਟੀਸ਼ਨ ਆ ਗਿਆ ਉਹਨਾਂ ਤੋਂ ਅੱਗੇ ਲੰਘ ਗਿਆ ਹੁਣ ਜੇ ਤੁਹਾਤੋਂ ਇੱਕ ਵਧੀਆ ਹੋਰ ਦੁਕਾਨ ਹੈਗੀ ਐ ਸ਼ਹਿਰ 'ਚ ਲੋਕ ਤੁਹਾਡੇ ਕੋਲ ਕਿਉਂ ਆਣਗੇ ਜੇ ਤੁਸੀਂ ਟੌਪ 'ਤੇ ਹੋ ਤੁਸੀਂ ਹਮੇਸ਼ਾ ਟੌਪ 'ਤੇ ਰਹਿਣ ਦੀ ਸੋਚੋ ਹਮੇਸ਼ਾ ਪੈਸਾ ਰੀਨਵੈਸਟ ਕਰਨ ਦੀ ਸੋਚੋ ਤਾਂ ਮੇਰੀ ਤਾਂ ਇਹ ਹੀ ਸੋਚ ਆ ਵੀ ਜਿੰਨੀ ਤੁਸੀਂ ਕਮਾਈ ਕਰ ਰਹੇ ਹੋ 90% ਬਿਜ਼ਨਸ 'ਚ ਵਾਪਸ ਪਾਓ 10% ਨਾਟ ਐਸ਼ ਕਰੋ ਫਿਰ ਤੁਹਾਡਾ ਤੇਰੀ ਫਾਰਮ ਜਾਂ ਕੋਈ ਵੀ ਬਿਜ਼ਨਸ ਕਦੇ ਫੇਲ ਨਹੀਂ ਹੋ ਸਕਦਾ ਤੇ ਕਦੇ ਉਹ ਬੰਦ ਨਹੀਂ ਹੋ ਸਕਦਾ ਤਾਂ ਹੀ ਆਪਣੀ ਅੱਜ ਦੀ ਵੀਡੀਓ ਸੀਗੀ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ ਜੀ ਥੈਂ